प्रेमलता जी की गल की कहना चाहते मैं तो बस यही प्रशासन पुलिस वाले कह सकती हाँ कि मेरे बच्चे की कार्रवाई की जाए क्योंकि खुलेआम भजन दे गोलियां मार के भी खुलेआम भजन दे पुलिस ने कोई कार्रवाई नहीं की उत्थे गोलियां पईआं हॉस्पिटल कोई नहीं आया ना की तुहाडे बेटे दा की नाम सी ते की गल होई है मोहित कुमार की गल होई उत्थे उत्थे दो गोलियां चलीआं सर कित्थे खड़ा सी किस तरीक नूं हमला होया सी 18 तरीक ते हमलावर कौन सा तुसीं पछाणे हां मैं पहचानदी इत्थे घर दे बाहर सैर करन घर दे बाहर ही होया ते इत्थों दे ही जिन्हां ने कराया ਇਸ ਸੰਬੰਧੀ ਤੁਸੀਂ ਉੱਚ ਅਧਿਕਾਰੀ ਤੱਕ ਪਹੁੰਚ ਕੀਤੀ ਪੁਲਿਸ ਵਾਲਿਆਂ ਨੇ ਅਸੀਂ ਸਾਨੂੰ ਪਤਾ ਨਹੀਂ ਇੱਥੇ ਬੇਟੇ ਤੋਂ ਹੀ ਵਿਹਲੇ ਹੋਏ ਅਸੀਂ ਆਪਣੇ ਬੇਟਾ ਬਚਾਉਣ ਵਿੱਚ ਲੱਗੇ ਹਾਂ ਗੋਲੀਆਂ ਲੱਗੀਆਂ ਕਿੱਥੇ ਗੁਰਦੇ ਤੇ ਲੱਗੀ ਐ ਤਾਂ ਕੋਰਨ ਸੈਂਡ ਕਰਦੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਐ ਹੀ ਕਿ ਇਹਨੂੰ ਸਜ਼ਾ ਦਿੱਤੀ ਜਾਵੇ ਜਲਦ ਤੋਂ ਜਲਦ ਕਿਹੜੇ ਬੰਦੇ ਤੋਂ ਬਾਈ ਨੇਮ ਪਛਾਣੇ ਹਾਂਜੀ ਬੰਦਿਆਂ ਦੇ ਨਾਂ ਪਤਾ ਕਿਹਨਾਂ ਨੇ ਹਮਲਾ ਕੀਤਾ ਤੁਹਾਡੇ ਬੇਟੇ ਨੂੰ ਰਾਹੁਲ ਹੋਰ ਇੱਕ ਪਤਾ ਨਹੀਂ ਨਾਲ ਕਾਲ ਕਿਉਂਕਿ ਪੁਰਾਣੀ ਰੰਜੀ ਸੀ ਇਹਨਾਂ ਦੀ ਪਤਾ ਨਹੀਂ ਭਾਜੀ ਇਹ ਤੇ ਬੱਚਿਆਂ ਨੂੰ ਪਤਾ ਹੋਊਗਾ ਜੇ ਉਹ ਬੇਟੇ ਨੂੰ ਪਤਾ ਹੋਊਗਾ ਉਹਦੇ ਲਵੋ ਬਿਆਨ ਤੁਹਾਡੀ ਹੁਣ ਕੀ ਮੰਗ ਆ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਆ ਵੀ ਇਹਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਜਾਵੇ ਓਕੇ ਧੰਨਵਾਦ ਭਾਜੀ ਸਾਨੂੰ ਇਹਦੇ ਤੋਂ ਖਤਰਾ ਵੀ ਆ ਹੁਣ ਵੀ ਸਾਨੂੰ ਖਤਰਾ ਵਾ ਬੋਲ ਦਿਓ ਮਾੜਾ ਜਿਹਾ ਇੱਕ ਮਿੰਟ ਭਾਜੀ ਇਹ ਮੁੰਡੇ ਤੋਂ ਸਾਨੂੰ ਖਤਰਾ ਵਾ ਇਹਨੂੰ ਜਲਦ ਤੋਂ ਜਲਦ ਫੜੋ ਪੁਲਿਸ ਨੇ ਅਰੈਸਟ ਨਹੀਂ ਪਾਈ ਇਹਦੀ ਨਹੀਂ ਇਹਦੀ ਅਰੈਸਟ ਨਹੀਂ ਪਾਈ ਪੁਲਿਸ ਨੇ ਕੁਝ ਕੀਤਾ ਹੀ ਨਹੀਂ ਹਾਲੇ ਤੱਕ ਇਹ ਬੰਦਾ ਆਲਰੇਡੀ ਅਪਰਾਧਿਕ ਪਹਿਲਾਂ ਵੀ ਕੋਈ ਮਾਮਲੇ ਦਰਜ ਹੋਏ ਕਿ ਨਹੀਂ ਐ ਨਹੀਂ ਸਰ ਸਾਨੂੰ ਐ ਨਹੀਂ ਪਤਾ ਹੋ ਸਕਦਾ ਵਾ ਹੁਣ ਕਿ ਦੱਸੇ ਇਹਦੇ ਨਾਲ ਕਰੋਨਾ ਲੋਕਾਂ ਦੇ ਲੱਗੇ ਜ਼ਿਆਦਾ ਪੈਣ ਲੋਕਾਂ ਦੇ ਹੋ ਗਏ ਕਰੋਨਾ ਦੇ ਹੋ ਗਏ ਇਹ ਤਾਂ ਬਹੁਤ ਪਾਸ ਨਾ ਠੀਕ ਹੈ ਬਹੁਤ ਰਾਂ ਯਾਰ ਸਰ ਅਮਰੀਕ ਨਗਰ ਜਿਹੜੀ ਗੋਲੀ ਚੱਲੀ ਹੈ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਪੁਲਿਸ ਕੋਈ ਅਰੈਸਟ ਨਹੀਂ ਪਾ ਰਹੀ ਕੀ ਕਹਿਣਾ ਇਸ ਬਾਰੇ ਦੇਖੋ ਜੀ ਗੋਲੀ ਚੱਲੀ ਹੈ ਜਿਹੜਾ ਅਸੀਂ ਉੱਦਣ ਦੇ ਬੰਦਿਆਂ ਦਾ ਮਗਰ ਲੱਗੇ ਹਾਂ ਜੀ ਜਦੋਂ ਕਹਿੰਦੇ ਗੋਲੀ ਚਲਾਈ ਹੈ ਤਾਂ ਬੰਦੇ ਉਹ ਕਾਬੂ ਨਹੀਂ ਆਉਂਦੇ ਉਹ ਕਦੀ ਰੇਡ ਰਾਤੀ ਵੀ ਰੇਡ ਕਰਦੇ ਨੇ ਰਾਤੀ 3 ਵਜੇ ਤੱਕ ਰੇਡ ਕਰਦੇ ਆ ਜੀ ਜਿੱਥੇ ਸਾਨੂੰ ਸ਼ੂ ਮਿਲ ਰਹੀ ਆ ਉਹਨਾਂ ਦੇ ਮਗਰ ਜਾਣ ਡੇ ਆ ਜੀ ਉਹ ਪਹਿਲਾਂ ਹੀ ਬੰਦਿਆਂ ਦੇ ਪਰਚੇ ਦਰਜ ਹੋਏ ਆ ਇਸ ਕਰਕੇ ਉਹ ਭੱਜੇ ਭੁੱਜੇ ਆ ਘਰਾਂ ਦੇ ਵਿੱਚੋਂ ਵਾਲੇ ਘਰਾਂ 'ਚ ਕੋਈ ਨਹੀਂ ਹੈਗਾ ਜਿੰਨੇ ਬੰਦੇ ਘਰਾਂ ਦੇ ਉਹ ਬੰਦੇ ਆਲਰੇਡੀ ਜਰਾਇਮ ਪੇਸ਼ਾ ਵਿਅਕਤੀ ਜਿਹੜੇ ਹਾਂ ਉਹ ਪਹਿਲਾਂ ਅਫਸਰ 'ਚ ਇਹਨਾਂ ਚੱਲਦੇ ਅੱਗੇ ਮੁਕਦਮੇ ਦਰਜ ਨੇ ਮੁੜੇ ਦੇ ਜਿਹੜਾ ਆੜੂ ਮੁੜਾ ਵਾ ਤਾਂ ਮੁਕਦਮੇ ਦਰਜ ਆ ਗਿਆ ਪਹਿਲਾਂ ਸਰ ਕੀ ਇਹਨਾਂ ਦੀ ਕੋਈ ਪਰਸਨਲ ਰੰਜਿਸ਼ ਸੀ ਜਾਂ ਕਿੱਦਾਂ ਇਹਨਾਂ ਦੇ ਪਹਿਲਾਂ ਅਸੀਂ ਜਾਰੀ ਦੋਸਤੀ ਜਿਹੜੀ ਮੁੜ ਕੇ ਇਹਨਾਂ ਦਾ ਕੋਈ ਪਤਾ ਨਹੀਂ ਲੈਣ ਦੇਣ ਦਾ ਕੋਈ ਹਿਸਾਬਤਾ ਹੋਇਆ ਸੀਗਾ ਉਹਦੇ ਕਰਕੇ ਇਹਦੇ 'ਤੇ ਗੋਲੀ ਚੱਲੀ ਗਈ ਲਗਾਤਾਰ ਛਾਪੇਮਾਰੀ ਜਾਰੀ ਆ ਪੁਲਿਸ ਵੱਲੋਂ ਲਗਾਤਾਰ ਜਿੱਥੇ ਮਿਲਦਾ ਰਾਤੀ ਨੂੰ ਪਤਾ ਲੱਗਾ ਕਿ ਇਹ ਲੋਕੋ ਕੇ ਸਾਈਡ 'ਤੇ ਕਿਤੇ ਆ ਉੱਥੇ ਚਲ ਗਏ ਸੀਗੇ ਜੀ ਦੋ ਤਿੰਨ ਟੀਮਾਂ ਵੱਖਰੀਆਂ ਬਣੀਆਂ ਐਸ ਐਸ ਸਾਹਿਬ ਵੱਖਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਲੱਭਣ ਦੀ ਜਲਦੀ ਜਲਦੀ ਕੋਸ਼ਿਸ਼ ਕਰ ਰਹੇ ਹਾਂ ਜੀ ਪਰਿਵਾਰਕ ਮੈਂਬਰ ਨੂੰ ਦੇਸ਼ਾ ਕਿ ਖਤਰਾ ਹੋਣਾ ਤੋਂ ਕਹਿੰਦੇ ਸਾਡੇ ਛੋਟੇ ਬੱਚੇ ਨੂੰ ਖਤਰਾ ਹੋਵੇ ਉਹਨੇ ਖਤਰਾ ਤਾਂ ਚਲੋ ਜਿਹੜਾ ਹੈਗਾ ਉਹ ਕੋਈ ਨਹੀਂ ਹੈਗਾ ਦੂਜਾ ਬੜਾ ਦਾਖਲ ਹੈ ਪਹਿਲਾਂ ਤਾਂ ਜਿਹੜਾ ਅੰਦਰ ਦਾਖਲ ਉਹਨੂੰ ਖਤਰਾ ਹੋਵੇ ਜੀ ਉੱਥੇ ਤਾਂ ਸਕਿਉਰਟੀ ਲੱਗੀ ਆ ਹੌਸਪੀਟਲ 'ਤੇ ਕੋਈ ਨਹੀਂ ਜਾ ਸਕਦਾ ਉੱਥੇ ਕੋਈ ਖਤਰਾ ਨਹੀਂ ਸਰ ਕਿਹੜੀ ਧਾਰਾ ਦੇ ਬੱਚੇ ਕੀਤੇ ਗਏ ਦੂਜੀਆਂ ਪਾਰਟੀਆਂ 307 ਦਾ ਧਾਰਾ ਲੱਗੀ ਹੈ ਜੀ 307 ਦਾ ਮੁਕਦਮਾ ਕੀਤਾ ਦਰਜ ਹੋਇਆ ਜੀ ਧੰਨਵਾਦ ਜੀ 307 500 ਆਈ ਪੀ ਸੀ ਦਾ ਹੈਗਾ ਅਸਲਾ ਚਲਾਇਆ 25 ਐਕਟ ਲਾਇਆ ਹੈਗਾ ਜੀ ਆਰਮ ਐਕਟ ਨਾਲ ਇਹ ਇਹਨਾਂ ਦੇ ਵੈਪਨ ਜਿਹੜੇ ਲੀਗਲੀ ਸੀ ਇਲੀਗਲ ਵੈਪਨ ਦਾ ਜਦੋਂ ਫੜਿਆ ਜਾਊਗਾ ਉਦੋਂ ਪਤਾ ਲੱਗੂਗਾ ਵੀ ਉਹਨਾਂ ਨੂੰ ਨਜਾਇਜ਼ ਆ ਕਿ ਜਾਣਾ ਉਹਨਾਂ ਦਾ ਲਾਇਸੈਂਸੀ ਹੈ ਪਰਿਵਾਰਕ ਮੈਂਬਰ ਦਾ ਆਰੋਪ ਹੈ ਕਿ ਹਲੇ ਜਿਹੜੇ ਖੋਲ ਜਿਹੜੇ ਹੈਗੇ ਆ ਉਹ ਹਲੇ ਤੱਕ ਹੋਸਪਿਟਲ ਜਾਂ ਪੁਲਿਸ ਹਜੇ ਤੱਕ ਮਤਲਬ ਕਬਜ਼ੇ 'ਚ ਨਹੀਂ ਲੈ ਰਹੀ ਖੋਲ ਦਿੱਤਾ ਵਾ ਕਿਉਂ ਜਿਹੜਾ ਪ੍ਰਾਈਵੇਟ ਹੋਸਪਿਟਲ ਦਾਖਲ ਪੈਂਦਾ ਤਾਂ ਉਹਦਾ ਮੈਡੀਕਲ ਜਿਹੜਾ ਅਫਸਰ ਡਿਸਾਈਡ ਕਰਨਾ ਪੈਂਦਾ ਸਿਵਲ ਹੋਸਪਿਟਲ ਤੋਂ ਉਹ ਅਸੀਂ ਐਪਲੀਕੇਸ਼ਨ ਮੂਵ ਕੀਤੀ ਆ ਉਹ ਜਦੋਂ ਡਾਕਟਰ ਸਾਹਿਬ ਆਉਣਗੇ ਤਾਂ ਫਿਰ ਉਹਨਾਂ ਦੇ ਕੋਲ ਮੈਡੀਕਲ ਕਰਾਉਣਾ ਪੈਣਾ ਠੀਕ ਹੈ ਧੰਨਵਾਦ ਜੀ